ਆਪਣਾ ਭਾਜੀ ਕੀ ਮਾਮਲਾ ਹੋਇਆ ਸ਼ਿੰਗਾਰ ਚੌਂਕੀ ਦੇ ਬਾਅਦ? ਭਾਜੀ ਕੱਲ ਨਾ ਸਾਡੇ ਏਰੀਏ ਦੇ ਵਿੱਚ ਡਿਵੀਜ਼ਨ ਨੰਬਰ 3 ਥਾਣੇ ਦੇ ਵਿੱਚ ਨਾ ਸਨੈਚਿੰਗ ਹੋਈ ਸੀ ਜੀ, ਉਹਦੀ ਵੀਡੀਓ ਬੜੀ ਵਾਇਰਲ ਹੋ ਰਹੀ ਸੀ ਜੀ। ਅਸੀਂ ਉਹ ਸਨੈਚਰਾਂ ਦੇ ਪਿੱਛੇ ਅੱਜ ਸਵੇਰ ਤੋਂ ਲੱਗੇ ਸੀ ਜੀ। ਮੈਂ ਮੇਰੀ ਪੂਰੀ ਟੀਮ ਚੌਂਕੀ ਦੀ ਜੀ, ਅਸੀਂ 9:30 ਵਜੇ ਜਿਹੜੇ ਸਨੈਚਰਾਂ ਨੇ ਮੋਟਰਸਾਈਕਲ ਤੇ ਵਾਰਦਾਤ ਕੀਤੀ ਸੀ ਜੀ, ਉਹ ਅਸੀਂ ਮੋਟਰਸਾਈਕਲ ਰਿਕਵਰ ਕਰ ਲਿਆ ਜੀ, ਬਾਕੀ ਜਿਹੜੇ ਸਨੈਚਰ ਸੀ ਉਹ ਭੱਜ ਗਏ ਸੀ ਜੀ। ਉਸ ਤੋਂ ਬਾਅਦ ਅਸੀਂ ਆ ਕੇ ਚੌਂਕੀ ਅੱਗੇ ਜੀ, ਅਸੀਂ ਨਾਕਾ, ਮੈਂ ਆਪਣੀ ਟੀਮ ਨੂੰ ਲੈ ਕੇ ਨਾਕਾ ਲਾਇਆ ਸੀ ਜੀ, ਕਿ ਜਿਹੜਾ ਟਿੰਪਲ ਰਾਈਡਿੰਗ ਆ ਰਹੀ ਹੈ ਜਾਂ ਜਿਹੜਾ ਕੋਈ ਤੇਜ਼ ਮੋਟਰਸਾਈਕਲ ਤੇ ਆ ਰਿਹਾ ਉਹਨੂੰ ਰੋਕ ਕੇ ਚੈੱਕ ਕਰੀਏ ਸ਼ਾਇਦ ਜੀ ਸਨੈਚਰ ਹੀ ਹੋਵੇ ਨਾ ਜੀ ਜੀ। ਉਹਨਾਂ ਨੂੰ ਸਾਡੀ ਰੂਟੀਨ ਵੀ ਚੈੱਕਿੰਗ ਇਹੀ ਹੁੰਦੀ ਆ ਜੀ, ਪਰ ਦੋ ਐਕਟਿਵਾ ਤੇ ਦੋ ਸਰਦਾਰ ਜੀ ਆ ਰਹੇ ਸੀ ਜੀ, ਇਹਨਾਂ ਨੂੰ ਅਸੀਂ ਰੋਕਿਆ ਇਸ਼ਾਰਾ ਇੱਕ ਤਾਂ ਰੁਕਣ ਦਾ ਜੀ, ਤਾਂ ਸਾਡੇ ਮੁਨਸ਼ੀ ਜੀ ਹਰੀਸ਼ ਕੁਮਾਰ ਨੇ ਅੱਗੇ ਹੋ ਕੇ ਕਿਹਾ ਵੀ ਬਾਈ ਤੁਸੀਂ ਤੇਜ਼ ਆ ਰਹੇ ਹੋ ਜ਼ਿਆਦਾ, ਥੋੜਾ ਸਲੋ ਚੱਲੋ। ਤਾਂ ਸਰਦਾਰ ਜੀ ਜਿਹੜੇ ਡਰਾਈਵਰ ਸੀ ਉਹ ਕਹਿੰਦੇ ਕਿ ਮੈਂ ਪੱਤਰਕਾਰ ਹਾਂ, ਮੈਂ ਇੱਦਾਂ ਹੀ ਚੱਲਾਂਗਾ। ਓਕੇ, ਤਾਂ ਸਾਡੇ ਮੁੰਡੇ ਨੇ ਹਰੀਸ਼ ਨੇ ਮੁਨਸ਼ੀ ਨੇ ਕਹਿੰਦਾ ਕਿ ਤੂੰ ਪੱਤਰਕਾਰ ਤਾਂ ਮੈਂ ਵੀ ਮੁਨਸ਼ੀ ਹਾਂ, ਡਿਊਟੀ ਕਰ ਰਹੇ ਹਾਂ, ਤੁਸੀਂ ਆਰਾਮ ਨਾਲ ਚੱਲੋ। ਬਸ ਇਸ ਗੱਲ ਤੋਂ ਸਰ ਉਹਨੇ ਗਾਲ ਕੱਢੀ ਜੀ, ਇਹ ਗਾਲੂ ਵਾਲੇ ਹੁੰਦੇ। ਮੈਂ ਇਹਨਾਂ ਨੂੰ ਕਿਹਾ ਮੈਂ ਆਪਣੇ ਮੁਲਾਜ਼ਮ ਕਿਹਾ ਮੈਂ ਕਿਹਾ ਤੂੰ ਬੋਲਣਾ ਨੀ, ਮੈਂ ਅੰਦਰ ਲਿਆ ਜੀ। ਸਰਦਾਰ ਜੀ ਜਿਹੜੇ ਆ ਰਹੇ ਸੀ ਮੈਂ ਬਾਂਹ ਫੜ ਕੇ, ਮੈਂ ਕਿਹਾ ਤੁਸੀਂ ਅੰਦਰ ਆ ਜਾਓ, ਮੇਰੇ ਨਾਲ ਬੈਠ ਕੇ ਗੱਲ ਕਰੋ ਜੀ, ਕੋਈ ਗੱਲ ਨਾ। ਉੱਥੇ ਆ ਕੇ ਸਰ ਮੇਰੇ ਨਾਲ ਮੁੰਡਾ ਕਾਂਸਟੇਬਲ ਸੀਗਾ ਲੱਕੀ ਸ਼ਰਮਾ ਜੀ, ਇਹਦੇ ਨਾਲ ਇਹ ਸਰਦਾਰ ਜੀ ਦਾ ਬਾਅਦ ਚ ਪਤਾ ਲੱਗਿਆ ਕਿ ਇਹਦਾ ਬੇਟਾ ਵੀ ਸੀ ਨਾਲ, ਉਹਨਾਂ ਨੇ ਇਹਦੀ ਵਰਦੀ ਫੜ ਲਈ ਤੇ ਵਰਦੀ ਪਾਟ ਕੇ ਦੇਖੋ ਤੱਕ ਸਮਝੀ ਦਿੱਤਾ। ਉਸ ਤੋਂ ਬਾਅਦ ਇਹਨਾਂ ਨੇ ਆਪਣੇ ਜਿਹੜੇ ਹੋਰ ਸਮਰਥ ਸੀ ਉਹ ਬੁਲਾ ਲਏ ਜੀ, ਉਹ ਬੁਲਾ ਕੇ ਸਾਡੀ ਚੌਂਕੀ ਹੈ ਜੀ, ਚੌਂਕੀ ਦੇ ਉੱਪਰ ਹਮਲਾ ਕਰਦਾ, ਲੱਤਾਂ ਮਾਰੀਆਂ, ਧੱਕੇ ਮਾਰ ਕੇ ਅੱਜ ਜੀ। ਸਰ ਤੁਹਾਡੇ ਸੱਟ ਵੀ ਲੱਗੀ ਹੈ? ਜਿਹੜੇ ਸਰ ਇਹਨਾਂ ਨੇ ਹਜੂਮ ਸੀਗਾ ਜੀ, ਇਹਨਾਂ ਦਾ ਹਜੂਮ ਦੇ ਵਿੱਚੋਂ ਕੁਛ ਮਾਰਿਆ ਜੀ, ਬਹਿਸਬਾਜੀ ਕਰਦਾ ਸੀ ਉਹ ਬੰਦੇ ਨੇ ਡਰਾਇੰਗ ਕੀਤੀ ਆ, ਉਹ ਕੀਤਾ ਸੀ ਜੀ, ਸਾਡੀ ਕਸਟਡੀ ਦੇ ਵਿੱਚ ਉਹਦਾ ਮੈਡੀਕਲ ਮੁਲਾਜ਼ਮ ਕਰਾ ਰਹੇ ਜੀ। ਸਰ ਇਹ ਵੀ ਉਹ ਆਰੋਪ ਲਗਾ ਰਹੇ ਨੇ, ਉਹ ਕਹਿੰਦੇ ਵੀ ਪੁਲਿਸ ਮੁਲਾਜ਼ਮਾਂ ਨੇ ਕਹਿੰਦਾ ਡਰਿੰਕ ਕੀਤੀ ਹੋਈ ਸੀਗੀ, ਉਹ ਬਾਹਰ ਆਰੋਪ ਲਾ ਰਹੇ ਨੇ ਸਾਹਮਣੇ ਜੀ।
ਕੀ ਮਾਮਲਾ ਹੈ ਕੀ ਸਰ ਥੋੜਾ ਦੱਸੋਗੇ? ਇੱਕ ਤੁਹਾਡੇ ਸਰ ਸੱਟ ਲੱਗੀ ਹੋਈ ਹੈ, ਕੀ ਹੈ ਜਿਹੜਾ ਬਲੱਡ ਨਿਕਲ ਰਿਹਾ ਸਰ? ਇਹ ਹਜੂਮ ਆਇਆ ਬਾਹਰ, ਦੇਖੋ ਤੁਸੀਂ ਬਾਹਰ ਨਿਕਲ ਗਏ, ਕਿੰਨੇ ਚੌਕੀ ਤੋੜ ਦੇ ਇਹਨਾਂ ਦੇ ਵਿੱਚੋਂ ਮਾਰੇ ਇੱਥੇ ਸਰ ਵੱਜਿਆ ਕੀ ਹੈ ਸਰ? ਇਹਨਾਂ ਦੇ ਕੋਲੇ ਜੀ ਪਤਾ ਨਹੀਂ ਕੀ ਮਾਰਿਆ ਹੁਣ ਹਜੂਮ ਦੇ ਵਿੱਚ, ਮੈਨੂੰ ਮੈਂ ਤੁਹਾਨੂੰ ਰੋਕ ਰਿਹਾ ਸੀ ਮੇਰੇ ਨਾਲ ਗੱਲ ਕਰ ਲਓ ਬੈਠ ਕੇ ਜੀ ਜੀ ਪੁਲਿਸ ਮੁਲਾਜ਼ਮ ਵੀ ਆਪਣਾ ਮੈਡੀਕਲ ਕਰਵਾਉਣ, ਅਸੀਂ ਵੀ ਆਪਣਾ ਕਰਵਾਉਂਗੇ। ਔਰ ਉਹਨਾਂ ਨੇ ਰੋਕਿਆ ਕਿ ਤੁਸੀਂ ਬਹੁਤ ਫਾਸਟ ਜਾ ਰਹੇ ਹੋ, ਉਹ ਰੁਕ ਗਏ ਤੇ ਉਹਨਾਂ ਨੇ ਕਿਹਾ ਵੀ ਅਸੀਂ ਆਰਾਮ ਨਾਲ ਜਾ ਰਹੇ ਹਾਂ, ਕੋਈ ਐਸੀ ਗੱਲ ਨਹੀਂ। ਤੇ ਪੁਲਿਸ ਵਾਲਿਆਂ ਨੇ ਓਵਰ ਡਰਿੰਕ ਕੀਤੀ ਹੋਈ ਸੀ ਤੇ ਮੇਰੇ ਹਸਬੈਂਡ ਦੇ ਕੱਢ ਕੇ ਚਪੇੜ ਮਾਰੀ, ਹਸਬੈਂਡ ਔਰ ਬੇਟੇ ਦੇ ਧੱਕਾ ਮੁੱਕੀ ਕੀਤੀ ਔਰ ਉਹਨਾਂ ਦੀਆਂ ਪੱਗਾਂ ਉਤਾਰੀਆਂ। ਠੀਕ ਹੈ ਜੀ, ਪੱਗਾਂ ਉਤਾਰਨ ਤੋਂ ਬਾਅਦ ਤੁਹਾਨੂੰ ਪਤਾ ਕੋਈ ਵੀ ਸਰਦਾਰ ਬਰਦਾਸ਼ਤ ਨਹੀਂ ਕਰੇਗਾ, ਕੋਈ ਵੀ ਜਦੋਂ ਕਿਸੇ ਦੀ ਪੱਗ ਤੇ ਹੱਥ ਪਏਗਾ ਤੇ ਕੋਈ ਵੀ ਬਰਦਾਸ਼ਤ ਨਹੀਂ ਕਰੇਗਾ ਕਿਉਂਕਿ ਉਸਦੀ ਪੱਗ ਤੇ ਹੱਥ ਪਾਇਆ ਜਾਏਗਾ। ਮੈਂ ਸਿਰਫ ਤੁਹਾਡੇ ਸਭ ਕੋਲੋਂ ਇਹੀ ਮੈਂ ਇਨਸਾਫ਼ ਮੰਗਦੀ ਹਾਂ ਸਾਰਿਆਂ ਕੋਲੋਂ ਕਿ ਮੇਰੇ ਹਸਬੈਂਡ ਅਗਰ ਡਰਿੰਕ ਕਰਦੇ ਆ, ਇਹ ਉਹਨਾਂ ਦੇ ਉੱਪਰ ਝੂਠੇ ਇਲਜ਼ਾਮ ਲਗਾ ਰਹੇ ਆ, ਕਹਿ ਰਹੇ ਆ ਜੀ ਇਹਨਾਂ ਨੇ ਇੱਥੇ ਆ ਕੇ ਚੌਂਕੀ ਸਾਡਾ ਹੰਗਾਮਾ ਕੀਤਾ ਜਾਂ ਕੁਝ ਵੀ ਕੀਤਾ, ਇਹਨਾਂ ਦਾ ਵੀ ਮੁਆਇਨਾ ਕਰਾਇਆ ਜਾਵੇ। SHO ਵੀ ਅੰਦਰ ਹੈ, ਪੂਰੀ ਪੁਲਿਸ ਟੀਮ ਵੀ ਅੰਦਰ ਹੈ, ਸਾਰੇ ਜਾਣੇ ਬਿਨਾਂ ਵਰਦੀ ਦੇ ਅੰਦਰ ਬੈਠੇ ਸੀ ਔਰ ਸਾਡੇ ਨਾਲ ਲੇਡੀਜ਼ ਦੇ ਨਾਲ ਗਾਲੀ ਗਲੋਚ ਵੀ ਕੀਤੀ ਗਈ ਹੈ। ਮੈਂ ਉਸ ਚੀਜ਼ ਦੇ ਵਿੱਚ ਸਿਰਫ ਤੁਹਾਡੇ ਕੋਲੋਂ ਇੱਕੋ ਹੀ ਇਨਸਾਫ਼ ਮੰਗਦੀ ਹਾਂ ਕਿ ਮੇਰੇ ਹਸਬੈਂਡ ਨਾ ਤਾਂ ਕਦੀ